ਮੇਰੇ ਪਿਆਰਿਓ, ਪ੍ਰਭੂ ਯੇਸੂ ਮਸੀਹ ਦੇ ਨਾਮ ਵਿੱਚ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਤੁਸੀਂ ਇੱਥੇ ਇੱਕ ਬਹੁਤ ਹੀ ਸੁੰਦਰ ਹੈਂਗਿੰਗ ਬ੍ਰਿਜ ਨੂੰ ਵੇਖ ਰਹੇ ਹੋ ਜੋ ਯਰੂਸ਼ਲਮ ਵਿੱਚ ਸਥਿਤ ਹੈ ਤੇ ਇਸ ਦੇ ਦੋਹੀਂ ਪਾਸੇ ਪਹਾੜ ਹਨ, ਇਮਾਰਤਾਂ ਹਨ। ਵਿਚਕਾਰ ਤੁਸੀਂ ਇੱਕ ਘਾਟੀ ਨੂੰ ਵੇਖ ਰਹੇ ਹੋ ਤੇ ਲੋਕ ਇੱਧਰੋਂ ਉੱਧਰ ਜਾਣ ਲਈ ਇਸੇ ਲਟਕਦੇ ਹੋਏ ਪੁਲ ਦਾ ਇਸਤੇਮਾਲ ਕਰਦੇ ਹਨ। ਇਸ ਪੁਲ ਦੇ ਬਿਨਾਂ ਘਾਟੀ ਦੇ ਇਸ ਪਾਸਿਓਂ ਉਸ ਪਾਸੇ ਜਾਣਾ ਬਹੁਤ ਹੀ ਮੁਸ਼ਕਲ ਹੈ ਤੇ ਇਸੇ ਲਈ ਇਸ ਪੁਲ ਦਾ ਨਿਰਮਾਣ ਕੀਤਾ ਗਿਆ ਹੈ। ਇਸੇ ਪੁਲ ਵਾਂਗ ਪ੍ਰਭੂ ਯੇਸੂ ਮਸੀਹ ਵੀ ਸਾਡੇ ਲਈ ਇੱਕ ਸੁੰਦਰ ਪੁਲ ਦੇ ਵਾਂਗ ਹੈ, ਜਿਸ ਰਾਹੀਂ ਅਸੀਂ ਪਿਤਾ ਤੱਕ ਪਹੁੰਚਦੇ ਹਾਂ। ਇਸ ਤੋਂ ਇਲਾਵਾ ਸਵਰਗ ਵਿੱਚ ਜਾਣ ਵਾਸਤੇ ਪ੍ਰਭੂ ਯੇਸੂ ਮਸੀਹ ਹੀ ਇੱਕੋ ਇੱਕ ਰਾਹ ਹੈ ਤੇ ਇਸ ਦਾ ਕਾਰਨ ਹੈ ਕਿ ਉਸਨੇ ਸਲੀਬ ਉੱਤੇ ਮਰ ਕੇ ਇਹ ਰਾਹ ਬਣਾਇਆ। ਪਾਪ ਦੇ ਬੰਧਨਾਂ ਤੋਂ, ਸਰਾਪ ਦੇ ਬੰਧਨਾਂ ਤੋਂ, ਕੁਧਰਮ ਦੇ ਬੰਧਨਾਂ ਤੋਂ ਮੁਕਤੀ ਪਾ ਕੇ ਜੇ ਅਸੀਂ ਪਰਮੇਸ਼ਰ ਤੱਕ ਪਹੁੰਚਣਾ ਚਾਹੁੰਦੇ ਹਾਂ ਤਾਂ ਪ੍ਰਭੂ ਯੇਸੂ ਹੀ ਇੱਕ ਰਾਹ ਹੈ। ਇਹ ਕਦੇ ਨਹੀਂ ਭੁੱਲਣਾ ਹੈ ਤੇ ਉਸਦੇ ਦੁਆਰਾ ਹੀ ਅਸੀਂ ਸਵਰਗ ਪਹੁੰਚ ਸਕਦੇ ਹਾਂ। ਤੇ ਅੱਜ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿ ਰਿਹਾ ਹੈ ਵੇਖਾਂਗੇ। ਜ਼ਬੂਰਾਂ ਦੀ ਪੋਥੀ 138 ਅਧਿਆਏ ਉਸਦੀ 8 ਆਇਤ ਲਿਖਿਆ ਹੈ, ਯਹੋਵਾ ਮੇਰਾ ਕੰਮ ਪੂਰਾ ਕਰੇਗਾ। ਇੱਕ ਭਗਤ ਦੀ ਇਸ ਗੱਲ ਨੂੰ ਵੇਖੋ। ਪਰਮੇਸ਼ਰ ਦਾ ਦਾਊਦ ਨਾਮਕ ਇੱਕ ਭਗਤ ਸੀ ਜੋ ਹਮੇਸ਼ਾ ਇਹੋ ਬੋਲ ਕੇ ਪ੍ਰਭੂ ਦੀ ਉਸਤਤ ਕਰਦਾ ਸੀ ਤੇ ਪ੍ਰਭੂ ਉਸਦੇ ਸਾਰੇ ਕੰਮ ਪੂਰੇ ਕਰਦਾ ਸੀ। ਤੁਸੀਂ ਵੀ ਮੂੰਹ ਖੋਲ੍ਹ ਕੇ ਕਹਿਣਾ ਹੈ ਕਿ ਪਰਮੇਸ਼ਰ ਮੇਰੇ ਲਈ ਸਭ ਕੁਝ ਪੂਰਾ ਕਰੇਗਾ। ਕੀ ਤੁਹਾਡੇ ਜੀਵਨ ਵਿੱਚ ਕੋਈ ਕੰਮ ਐਸੇ ਹਨ ਜੋ ਅਧੂਰੇ ਹਨ? ਕੀ ਤੁਹਾਡੇ ਬੱਚਿਆਂ ਦੀ ਪੜ੍ਹਾਈ ਜਾਂ ਤੁਹਾਡੇ ਬੱਚਿਆਂ ਦਾ ਭਵਿੱਖ, ਤੁਹਾਡਾ ਕੋਈ ਕਾਰੋਬਾਰ ਜਾਂ ਤੁਹਾਡਾ ਕੋਈ ਐਸਾ ਕੰਮ ਹੈ ਜੋ ਅਜੇ ਤੱਕ ਅਧੂਰਾ ਪਿਆ ਹੈ? ਤੁਸੀਂ ਬਹੁਤ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਆਪਣਾ ਘਰ ਬਣਾਉਣ ਵਾਸਤੇ ਭੱਜ ਦੌੜ ਕਰ ਰਹੇ ਹੋ ਪਰ ਕਿਸੇ ਗੱਲ ਵਿੱਚ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ। ਬਹੁਤ ਕੋਸ਼ਿਸ਼ ਕੀਤੀ ਹੈ, ਸਭ ਤੋਂ ਮਦਦ ਵੀ ਮੰਗੀ ਪਰ ਕੋਈ ਮਦਦ ਨਹੀਂ ਮਿਲੀ, ਤਾਂ ਪਰਮੇਸ਼ਰ ਅੱਜ ਇਹ ਵਾਅਦਾ ਤੁਹਾਡੇ ਨਾਲ ਕਰਦਾ ਹੈ ਕਿ ਤੇਰੇ ਸਾਰੇ ਕੰਮਾਂ ਨੂੰ ਮੈਂ ਤੇਰੇ ਲਈ ਪੂਰਾ ਕਰਾਂਗਾ। ਇਸ ਕਰਕੇ ਤੁਸੀਂ ਵੀ ਵਿਸ਼ਵਾਸ ਨਾਲ ਕਹਿਣਾ ਹੈ ਕਿ ਪਰਮੇਸ਼ਰ ਯਹੋਵਾ ਮੇਰੇ ਸਾਰੇ ਕੰਮਾਂ ਨੂੰ ਪੂਰਾ ਕਰੇਗਾ। ਜਦੋਂ ਤੁਸੀਂ ਇਸ ਤਰ੍ਹਾਂ ਕਹੋਗੇ ਤਾਂ ਤੁਹਾਡੇ ਜੀਵਨ 'ਚ ਜਿਹੜੇ ਵੀ ਕੰਮ ਅਧੂਰੇ ਪਏ ਹੋਏ ਹਨ, ਸਫਲਤਾ ਨਹੀਂ ਮਿਲੀ ਹੈ, ਉਹਨਾਂ ਸਭ ਕੰਮਾਂ ਵਿੱਚ ਤੁਸੀਂ ਇੱਕ ਚਮਤਕਾਰ ਵੇਖੋਗੇ। ਪਰਮੇਸ਼ਰ ਸਾਰੇ ਕੰਮਾਂ ਨੂੰ ਪੂਰਾ ਕਰੇਗਾ। ਜਿਹੜਾ ਕੰਮ ਅਸੰਭਵ ਨਜ਼ਰ ਆਉਂਦਾ ਹੈ, ਪਰਮੇਸ਼ਰ ਉਸਨੂੰ ਸੰਭਵ ਬਣਾਉਂਦਾ ਹੈ। ਤੁਹਾਡੇ ਜੀਵਨ ਵਿੱਚ ਮਨੁੱਖਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕਾਮਯਾਬੀ ਨਹੀਂ ਮਿਲੀ। ਇਸ ਲਈ ਪਰਮੇਸ਼ਰ ਕਹਿੰਦਾ ਹੈ ਕਿ ਜੋ ਤੁਹਾਡੇ ਲਈ ਅਸੰਭਵ ਹੈ ਮੈਂ ਸੰਭਵ ਬਣਾਉਂਦਾ ਹਾਂ, ਜੋ ਔਖਾ ਜਾਪਦਾ ਹੈ ਮੈਂ ਉਸਨੂੰ ਪੂਰਾ ਕਰਾਂਗਾ। ਸੋ ਕੀ ਤੁਸੀਂ ਆਪਣੇ ਜੀਵਨ 'ਚ ਅੱਜ ਵਿਸ਼ਵਾਸ ਕਰਦੇ ਹੋ? ਜੇਕਰ ਵਿਸ਼ਵਾਸ ਕਰਦੇ ਹੋ ਤਾਂ ਮਿਲ ਕੇ ਕਹੋ, ਪਰਮੇਸ਼ਰ ਮੇਰੇ ਜੀਵਨ 'ਚ ਜੋ ਕੰਮ ਅਧੂਰਾ ਪਿਆ ਹੈ ਤੂੰ ਉਸਨੂੰ ਪੂਰਾ ਕਰੇਗਾ। ਮੈਂ ਵਿਸ਼ਵਾਸ ਕਰਦਾ ਹਾਂ ਕਿ ਮੇਰੇ ਜੀਵਨ ਦੀਆਂ ਥੋੜ੍ਹਾ ਨੂੰ ਤੂੰ ਜ਼ਰੂਰ ਪੂਰਾ ਕਰੇਗਾ। ਹੇ ਪਰਮੇਸ਼ਰ, ਮੈਂ ਅੱਜ ਵਿਸ਼ਵਾਸ ਕਰਦਾ ਹਾਂ ਕਿ ਮੇਰੇ ਜੀਵਨ 'ਚ ਤੂੰ ਚਮਤਕਾਰ ਤੇ ਅਚੰਭਾ ਕਰੇਗਾ। ਯੇਸੂ ਦੇ ਨਾਂ ਵਿੱਚ ਆਮੀਨ, ਆਮੀਨ।